2023 मतलब 133 साल पुरानी कंपनी है। इंडी मॉडल जो कबूटा ना, हाँ जी55 हॉर्स पावर तक ट्रैक्टर अवेलेबल ने। इन्हां दियां झोना लाउण वाली मशीन कंबाइन हार्वेस्टर खेती रिलेटड चीजा यह कबूटा कंपनी बनाउंदी आ। जिहड़ा ट्रैक्टर तुसीं इह देख रहे हो 5502 ਤਾਂ ਜਦੋਂ ਆਪਾਂ ਕੋਈ ਟਰੈਕਟਰ ਲੈਂਦੇ ਹਾਂ ਤਾਂ ਆਪਾਂ ਨੂੰ 8-10-11 lakh ਰੁਪਏ ਆਪਾਂ ਖਰਚਦੇ ਹਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਮੈਂ ਲੈ ਰਿਹਾ ਉਹਦੇ ਟਰੈਕਟਰ ਦੇ ਅੰਦਰ ਕੀ ਖੂਬੀਆਂ ਨੇ, ਠੀਕ ਆ। ਕਿਉਂਕਿ ਆਪਾਂ ਜੇ ਕੋਈ ਰਿਸ਼ਤਾ ਵੀ ਕਰਦੇ ਹਾਂ ਕਿਸੇ ਦੇ ਘਰੇ ਤਾਂ ਸਭ ਤੋਂ ਪਹਿਲਾਂ ਆਪਾਂ ਉਹਦੇ ਖਾਨਦਾਨ ਬਾਰੇ ਪਤਾ ਕਰਦੇ ਹਾਂ ਕਿ ਹਾਂ ਭਾਈ ਬੰਦੇ ਕਿੱਦਾਂ ਦੇ ਆ, ਕਿੱਦਾਂ ਦੇ ਨਹੀਂ, ਇਹੀ ਚੀਜ਼ਾਂ ਪਤਾ ਕਰਦੇ ਹਾਂ। ਤਾਂ ਇਹਦਾ ਜਿਹੜਾ ਆਪਾਂ ਖਾਨਦਾਨ ਦੀ ਗੱਲ ਕਰੀਏ ਤਾਂ ਮਤਲਬ ਜਾਪਾਨ ਦੀ ਕੰਪਨੀਆਂ ਭਰੋਸੇਮੰਦ ਕੰਪਨੀਆਂ, ਜਾਪਾਨ ਦੀ ਨੰਬਰ 1 ਟਰੈਕਟਰ ਕੰਪਨੀਆਂ ਅਤੇ 10 HP ਤੋਂ ਲੈ ਕੇ 100 HP ਤੱਕ ਦੇ ਅਗਰ ਟਰੈਕਟਰ ਰੇਂਜ ਦੀ ਗੱਲ ਕਰੀਏ ਤਾਂ ਵਰਲਡ ਦੀ ਨੰਬਰ 1 ਕੰਪਨੀ ਕਬੂਟਾ ਕੰਪਨੀ ਆ। ਤਾਂ ਆਹ ਜਿਹੜਾ ਟਰੈਕਟਰ ਤੁਸੀਂ ਚਲਾਇਆ 5502 ਇਹ ਆਪਣਾ ਜਿਹੜਾ ਪਹਿਲਾਂ ਟਰੈਕਟਰ ਹੁੰਦਾ ਸੀਗਾ MU ਮਲਟੀ ਯੂਟੀਲਿਟੀ ਕਹਿੰਦੇ ਇਹਨੂੰ, ਹਰ ਕੰਮ ਦੇ ਵਿੱਚ ਪਰਫੈਕਟ ਆ ਟਰੈਕਟਰ। ਤੁਸੀਂ ਹੈਰੋ ਲੈ ਲਓ, ਕਲਟੀਵੇਟਰ ਲੈ ਲਓ, ਡੋਜ਼ਰ ਲੋਡਰ ਪਲਾਓ, ਐਵਰੀਓਨ ਜੋ ਮਰਜ਼ੀ ਹੌਲੇਜ ਦਾ ਕੰਮ ਲੈ ਲਓ, ਟਰੈਕਟਰ ਮਤਲਬ ਹਰ ਕੰਮ ਨੂੰ ਸਕਸ਼ਮ ਆ। 55 ਹਾਰਸ ਪਾਵਰ ਆ, ਸੈਕਿੰਡ ਜਨਰੇਸ਼ਨ ਦਾ ਟਰੈਕਟਰ ਆ ਇਹ। ਤਾਂ ਇਹਦੀਆਂ ਜਿਹੜੀਆਂ ਮੇਨ ਖੂਬੀਆਂ ਨੇ ਜਿਹੜੇ ਇੰਡੀਆ ਦੇ ਵਿੱਚ ਟਰੈਕਟਰ ਚੱਲ ਰਹੇ ਨੇ ਉਹਦੇ ਨਾਲੋਂ ਕਿਵੇਂ ਅਲੱਗ ਆ ਟਰੈਕਟਰ ਇਹ। ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਦਿੱਤੀ ਹੋਈ ਆ ECDIS ਇੰਜਨ, ਇਹਨੂੰ ਅਸੀਂ ਕਹਿੰਦੇ ਹਾਂ ਇਕੋ ਸੈਂਟਰ ਡਾਇਰੈਕਟ ਇੰਜੈਕਟ ਸਿਸਟਮ। ਇਹਦਾ ਬੈਨੀਫਿਟ ਕੀ ਹੈ, ਇੰਜਨ ਦੀ ਲਾਈਫ ਨੂੰ ਵਧਾਉਂਦਾ ਆ। ਹੁਣ ਇੰਜਨ ਦੀ ਲਾਈਫ ਨੂੰ ਕਿਵੇਂ ਵਧਾਉਂਦਾ ਆ ਉਹ ਮੈਂ ਤੁਹਾਨੂੰ ਦੱਸਦਾ। ਤੁਸੀਂ ਟਰੈਕਟਰ ਦੇ ਉੱਤੇ ਨੋਜ਼ਲ ਫਿੱਟ ਕੀਤੀ ਹੋਈ ਦੇਖੀ ਹੋਣੀ ਆ, ਉਹ ਹੈੱਡ ਤੇ ਟੇਢੀ ਫਿੱਟ ਹੁੰਦੀ ਆ ਨੋਜ਼ਲ। ਨੋਜ਼ਲ ਦਾ ਕੰਮ ਕੀ ਆ, ਡੀਜ਼ਲ ਸਪਰੇਅ ਕਰਨਾ। ਜਦੋਂ ਪਿਸਟਨ ਥੱਲੇ ਤੋਂ ਉੱਪਰ ਜਾਂਦਾ ਹਵਾ ਦਾ ਅੰਦਰ ਦਬਾਅ ਬਣਦਾ ਆ, ਜਦੋਂ ਇੱਕ ਸਾਈਡ ਤੇ ਨੂੰ ਡੀਜ਼ਲ ਸਪਰੇਅ ਹੋਣਾ ਆ ਤਾਂ ਅੰਦਰ ਜਿਹੜੀ ਅੱਗ ਲੱਗਣੀ ਸਟਾਰਟ ਹੋਣੀ ਆ ਉਹ ਇੱਕ ਸਾਈਡ ਤੇ ਨੂੰ ਹੁੰਦੀ ਆ। ਜਦੋਂ ਅੰਦਰ ਇੱਕ ਸਾਈਡ ਤੋਂ ਅੱਗ ਲੱਗਣੀ ਆ ਤਾਂ ਧਮਾਕਾ ਜਿਹੜਾ ਇੱਕ ਸਾਈਡ ਤੋਂ ਆਉਣਾ ਸ਼ੁਰੂ ਹੋਣਾ। ਤੁਹਾਨੂੰ ਪਤਾ ਪਿਸਟਨ ਦੇ ਦੁਆਲੇ ਰਿੰਗ ਵੀ ਹੈਗੇ ਆ, ਬਾਹਰ ਲਾਈਨਰ ਆ। ਜਦੋਂ ਇੱਕ ਸਾਈਡ ਤੇ ਨੂੰ ਅੱਗ ਲੱਗਣੀ ਆ ਜਿਹੜਾ ਧਮਾਕਾ ਇੱਕ ਸਾਈਡ ਤੋਂ ਆਉਣਾ, ਪਿਸਟਨ ਨੂੰ ਇੱਕ ਸਾਈਡ ਤੋਂ ਧੱਕਾ ਵੱਜਣਾ, ਉਹਦੇ ਬਾਹਰ ਕੀ ਲਾਈਨਰ ਤੇ ਰਿੰਗ ਉਹਨਾਂ ਨੇ ਆਪਸ ਦੇ ਵਿੱਚ ਘਿਸ ਕੇ ਚੱਲਣਾ। ਤਾਂ ਉਹਦੇ ਨਾਲ ਕੀ ਹੁੰਦਾ, 5 ਸਾਲ ਬਾਅਦ ਜਾਂ 7 ਸਾਲ ਬਾਅਦ ਜਿਹੜੀ ਇੰਜਨ ਦੀ ਲਾਈਫ ਆ ਉਹ ਘੱਟ ਜਾਂਦੀ। ਕਾਰਨ ਕਿਉਂ, ਉਹਦਾ ਲਾਈਨਰ ਤੇ ਰਿੰਗ ਆਪਸ ਵਿੱਚ ਘਿਸਦੇ ਰਹਿੰਦੇ ਆ। ਬਟ ਇਹ ਟਰੈਕਟਰ ਦੇ ਵਿੱਚ ਕੀ ਖੂਬੀ ਆ ਭਾਜੀ, ਬਿੱਲੇ ਭਾਜੀ ਉੱਪਰ ਬੈਠੋ, ਇਹਦੀ ਜਿਹੜੀ ਨੋਜ਼ਲ ਆ 90 ਡਿਗਰੀ ਦੇ ਸਿਰ ਦੇ ਉੱਪਰ 90 ਡਿਗਰੀ ਤੇ, ਇਹ ਇੰਜਣ ਦੀ ਲਾਈਫ ਨੂੰ ਕਿਵੇਂ ਵਧਾਉਂਦੀ ਆ। ਜਦੋਂ ਇਹ ਡੀਜ਼ਲ ਸਪਰੇਅ ਹੋਣਾ 90 ਡਿਗਰੀ ਤੇ ਸਮਾਨ ਅੰਤਰ ਹੋਣਾ, ਜਿਹੜੀ ਅੰਦਰ ਅੱਗ ਲੱਗਣੀ ਆ ਸਮਾਨ ਅੰਤਰ ਲੱਗਣੀ ਆ, ਪਿਸਟਨ ਨੂੰ ਬਿਲਕੁਲ ਸਿੱਧਾ ਧੱਕਾ ਲੱਗਣਾ ਆ, ਉੱਥੇ ਤੁਹਾਡੇ ਲਾਈਨਰ ਤੇ ਰਿੰਗ ਆਪਸ ਦੇ ਵਿੱਚ ਨਹੀਂ ਘਸਣਗੇ, ਤੇ ਉਹਦੇ ਨਾਲ ਆਟੋਮੈਟਿਕਲੀ ਜਿਹੜੀ ਇੰਜਣ ਦੀ ਜਿਹੜੀ ਲਾਈਫ ਆ ਤੁਹਾਨੂੰ ਦੂਜੇ ਟਰੈਕਟਰਾਂ ਨਾਲੋਂ ਦੁੱਗਣੀ ਮਿਲੂਗੀ। ਇਹ ਤਾਂ ਹੋ ਗਿਆ ECDIS ਟੈਕਨੋਲੋਜੀ। ਇਹਦਾ ਮੈਂ ਤੁਹਾਨੂੰ ਪ੍ਰੈਕਟੀਕਲੀ ਵੀ ਕਰਕੇ ਦਿਖਾ ਦਿੰਦਾ ਆ ਕਿ ਜਿਵੇਂ ਆਪਾਂ ਕੋਈ ਟਰੈਕਟਰ ਘਰੇ ਵੀ ਆਪਣੇ ਖੜਾ ਹੁੰਦਾ ਆ, ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਕਿ ਜਿਵੇਂ ਉਹਨੂੰ ਸਲਫ ਮਾਰਦੇ ਆ ਟਰੈਕਟਰ ਕੰਬ ਕੇ ਸਟਾਰਟ ਹੁੰਦਾ ਆ, ਠੀਕ ਆ ਨਾ। ਉਹਦਾ ਕਾਰਨ ਕੀ ਹੈ, ਜਦੋਂ ਟਰੈਕਟਰ ਇੱਕ ਸਾਈਡ ਤੇ ਨੂੰ ਜਦੋਂ ਡੀਜ਼ਲ ਸਪਰੇਅ ਹੋਇਆ ਅੰਦਰ ਅੱਗ ਲੱਗਣੀ ਸਟਾਰਟ ਹੋਈ ਤਾਂ ਪਿਸਟਨ ਨੂੰ ਜਦੋਂ ਧੱਕਾ ਲੱਗਦਾ ਆ ਤਾਂ ਇੰਜਨ ਵਾਈਬ੍ਰੇਟ ਹੁੰਦਾ ਆ। ਬਟ ਇਹਦੇ ਵਿੱਚ ਹੁਣ ਮੰਨ ਲਓ ਮੈਂ ਬੋਨਟ ਓਪਨ ਕਰਿਆ, ਠੀਕ ਆ, ਇਹਨੂੰ ਮੈਂ ਥੋੜ੍ਹਾ ਜਿਹਾ ਹਲਾਤ ਆ, ਮਤਲਬ ਬੋਨਟ ਹਿੱਲ ਰਿਹਾ ਨਾ, ਤਾਂ ਇਹਨੂੰ ਜਦੋਂ ਸੈਲਫ ਵੱਜਣੀ ਚਾਹੀਦੀ ਹੈ ਟਰੈਕਟਰ ਨੂੰ ਇੱਕ ਵਾਰੀ ਸਿਰ ਮਾਰਨਾ ਚਾਹੀਦਾ ਆ। ਬਟ ਆਪਾਂ ਦੇਖਦੇ ਹਾਂ ਸਿਰ ਮਾਰਦਾ ਕਿ ਨਹੀਂ ਮਾਰਦਾ, ਮਤਲਬ ਜਿਵੇਂ ਟਰੈਕਟਰ ਖੜਾ ਆ ਫਿਰ ਉੱਦਾਂ ਦਾ ਉੱਦਾਂ ਬੋਨਟ। ਇਹਦਾ ਕਾਰਨ ਕੀ ਹੈ, ਆਪਣੇ ਨੋਜ਼ਲ ਨੇ 90 ਡਿਗਰੀ ਤੇ ਡੀਜ਼ਲ ਸਪਰੇਅ ਕਰਾ, ਬਿਲਕੁਲ ਪਿਸਟਨ ਨੂੰ ਸਿੱਧਾ ਧੱਕਾ ਲੱਗਿਆ। ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਆਪਣੀ ਐਵਰੇਜ ਬੈਸਟ ਆ ਜਾਂਦੀ ਆ, ਫ੍ਰਿਕਸ਼ਨ ਲੋਸਿਸ ਘੱਟ ਜਾਂਦੇ ਆ ਤੁਹਾਡੇ ਟਰੈਕਟਰ ਦੇ, ਮਤਲਬ ਲਾਈਨਰ ਰਿੰਗ ਦੇ ਵਿੱਚ ਜੋ ਹੁੰਦੇ ਆ, ਤਾਂ ਉਹਦੇ ਨਾਲ ਆਟੋਮੈਟਿਕਲੀ ਜਿਹੜੀ ਇੰਜਨ ਦੀ ਉਹ ਲਾਈਫ ਵਧਣੀ ਆ। ਦੂਜੀ ਟੈਕਨੋਲੋਜੀ ਹੈਗੀ ਆ 4-wheel ਸਿਸਟਮ। ਆਮ ਟਰੈਕਟਰਾਂ ਦੇ ਵਿੱਚ ਕਬੋਟਾ ਆ ਜਿਹੜਾ, ਆਪਣੇ ਸਾਰੀਆਂ ਕੰਪਨੀਆਂ ਨੇ ਟੈਸਟ ਕਰਕੇ ਦੇਖ ਲਿਆ, ਘੱਟ ਡੀਜ਼ਲ ਤੇ ਜ਼ਿਆਦਾ ਪਾਵਰ ਲਈ ਮੰਨਿਆ ਗਿਆ ਟਰੈਕਟਰ ਹੈ ਇਹ। ਇੰਜਨ ਦਾ ਸਿੰਪਲ ਜਿਹਾ ਫੰਡਾ, ਘੱਟ ਡੀਜ਼ਲ ਜ਼ਿਆਦਾ ਪਾਵਰ ਲਈ, ਜਿੰਨੀ ਉਹਦੇ ਅੰਦਰ ਹਵਾ ਜਾਊਗੀ ਆਟੋਮੈਟਿਕਲੀ ਪਾਵਰ ਵੱਧ ਬਣਾਊਗਾ, ਕਿਉਂਕਿ ਡੀਜ਼ਲ ਆਪਣੀ ਪੂਰੀ ਮਾਤਰਾ ਵਿੱਚ ਵੜੂਗਾ। ਹੁਣ ਜੇ ਇੰਜਨ ਦੀ ਗੱਲ ਕਰਾਂ ਤਾਂ ਇੰਜਨ ਡੀਜ਼ਲ ਘੱਟ ਕਿਉਂ ਖਾਂਦਾ, ਉਹਦਾ ਇੱਕ ਕਾਰਨ ਆ, ਇਹਦੀ ਜਿਹੜੀ CC ਆ ਇਹ ਹੈਗੀ ਆ 2434 CC ਦਾ ਇੰਜਨ, 2434 CC ਦਾ ਇੰਜਨ ਆ। ਹੁਣ ਤੁਹਾਡੇ ਮਨ 'ਚ ਸਵਾਲ ਉੱਠਦਾ ਹੋਣਾ, ਯਾਰ ਜੇ CC ਘੱਟ ਆ ਤਾਂ ਪਾਵਰ ਵੀ ਘੱਟ ਲਾਊਗਾ, ਕਿਉਂ ਆਪਣਾ ਜੇ 150 CC ਪਲੈਟੀਨਾ ਮੋਟਰਸਾਈਕਲ ਲੈ ਲਈਏ ਅਤੇ 350 CC ਦਾ ਬੁਲਟ ਲੈ ਲਈਏ, ਕਿੱਥੇ ਮੁਕਾਬਲਾ ਕਰ ਲੂ। ਬਟ ਜੈਪਨੀਜ਼ ਨੇ ਕੀ ਕਰਿਆ, ਘੱਟ CC ਵਿੱਚ ਵੱਧ ਪਾਵਰ ਬਣਾਉਣ ਵਾਸਤੇ ਟੈਕਨੋਲੋਜੀ ਯੂਜ਼ ਕਰੀ ਆ, ਉਸ ਟੈਕਨੋਲੋਜੀ ਨੂੰ ਅਸੀਂ ਕਹਿੰਦੇ ਹਾਂ 4-wheel ਸਿਸਟਮ, ਠੀਕ ਆ ਜੀ। ਇਹ ਕੀ ਕਰਦੀ ਆ, ਇੱਕ ਪਿਸਟਨ ਦੇ ਵਿੱਚ 4 ਵਾਲ ਨੇ, ਨੋਰਮਲੀ ਟਰੈਕਟਰਾਂ ਦੇ ਵਿੱਚ ਤੁਹਾਨੂੰ ਇੱਕ ਪਿਸਟਨ ਦੇ ਵਿੱਚ 2 ਵਾਲ ਮਿਲਣਗੇ। ਵਾਲ ਦਾ ਕੀ ਕੰਮ ਆ, ਹਵਾ ਅੰਦਰ ਲੈ ਕੇ ਜਾਣੀ, ਧੂਆਂ ਬਾਹਰ ਕੱਢਣਾ। ਆਮ ਟਰੈਕਟਰਾਂ ਦੇ ਵਿੱਚ 2 ਵਾਲ ਹੁੰਦੇ ਆ, 1 ਵਾਲ ਰਹੀ
ਹਵਾ ਅੰਦਰ ਆਉਂਦੀ ਹੈ ਇੱਕ ਵਾਲ ਰਹੀ ਧੂੰਆਂ ਬਾਹਰ ਨਿਕਲਦਾ ਬਟ ਸਾਡੇ ਟਰੈਕਟਰ ਦੇ ਵਿੱਚ ਕੀ ਆ ਦੋ ਵਾਲ ਰਹੀ ਹਵਾ ਅੰਦਰ ਆਉਂਦੀ ਹੈ ਦੋ ਵਾਲ ਰਹੀ ਧੂੰਆਂ ਬਾਹਰ ਨਿਕਲਦਾ ਜਦੋਂ ਜ਼ਿਆਦਾ ਹਵਾ ਅੰਦਰ ਜਾਊਗੀ ਤਾਂ ਜਿਹੜਾ ਡੀਜ਼ਲ ਆ ਤੁਹਾਡੀ ਪੂਰੀ ਮਾਤਰਾ ਵਿੱਚ ਬਲੂਗਾ ਜੇ ਤੁਹਾਡਾ ਡੀਜ਼ਲ ਪੂਰੀ ਮਾਤਰਾ ਵਿੱਚ ਬਲੂਗਾ ਤਾਂ ਆਟੋਮੈਟਿਕਲੀ ਤੁਹਾਨੂੰ ਪਾਵਰ ਜ਼ਿਆਦਾ ਮਿਲੇਗੀ ਇਹ ਟੈਕਨੋਲੋਜੀ ਤੁਹਾਨੂੰ ਦੂਸਰੀ ਕੰਪਨੀ ਦੇ ਕਿਸੇ ਟਰੈਕਟਰ ਦੇ ਵਿੱਚ ਨਹੀਂ ਮਿਲੂਗੀ ਤੀਜਾ ਇਹਦੇ ਵਿੱਚ ਬਲੈਂਸਰ ਸ਼ਾਫਟ ਲੱਗੀ ਹੋਈ ਆ ਨਾ ਨਾ ਕੋਈ ਓਕੇ ਓਕੇ ਥੈਂਕ ਯੂ ਸਰ ਥੈਂਕ ਯੂ ਤੀਜਾ ਇਹਦੇ ਵਿੱਚ ਬਲੈਂਸਰ ਸ਼ਾਫਟ ਲੱਗੀ ਹੋਈ ਆ ਬਲੈਂਸਰ ਸ਼ਾਫਟ ਕੀ ਕੰਮ ਕਰਦੀ ਆ ਟਰੈਕਟਰ ਦੀ ਆਵਾਜ਼ ਤੇ ਟਰੈਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਂਦੀ ਆ ਜਿਹਦੇ ਕਰਕੇ ਕੀ ਆ ਡਰਾਈਵਰ ਲੰਬਾ ਟਾਈਮ ਕੰਮ ਕਰ ਸਕਦਾ ਇਹਦਾ ਰੋਲ ਆਰ ਆਪਾਂ ਤੂੜੀ ਵਾਲੀ ਮਸ਼ੀਨ ਤੇ ਚਾਹੇ ਸਾਰਾ ਦਿਨ ਟਰੈਕਟਰ ਚਲਾਈ ਜਾਇਓ ਸ਼ਾਮ ਨੂੰ ਜ਼ਿੰਮੇਦਾਰ ਨੂੰ ਐਵੇਂ ਨਹੀਂ ਲੱਗੂਗਾ ਜਾਂ ਕਿਸੇ ਡਰਾਈਵਰ ਨੂੰ ਇੱਦਾਂ ਨਹੀਂ ਲੱਗੂਗਾ ਯਾਰ ਭੈਣ ਸ਼ਾਮ ਨੂੰ ਕੰਨ ਪੀ ਵੀ ਕਰਦੇ ਆ ਬਸ ਸਾਇਲੈਂਟ ਚੱਲੂਗਾ ਸ਼ਾਮ ਨੂੰ ਤੁਹਾਨੂੰ ਫੀਲ ਨਹੀਂ ਹੋਣ ਲੱਗਿਆ ਕਿ ਟਰੈਕਟਰ ਚਲਾ ਕੇ ਆਇਆ ਬੰਦਾ ਤੇ ਤੀਜਾ ਇਹ 'ਚ ਬੂਸਟ ਕੰਪਨਸੇਟਰ ਚੌਥਾ ਬੂਸਟ ਕੰਪਨਸੇਟਰ ਲੱਗਿਆ ਹੋਇਆ ਬੂਸਟ ਕੰਪਨਸੇਟਰ ਕੀ ਕਰਦਾ ਜਿਵੇਂ ਫੋਰ ਦੇ ਵਿੱਚ ਪਹਿਲਾਂ ਗਵਰਨਰ ਸਿਸਟਮ ਹੁੰਦਾ ਸੀਗਾ ਕਿ ਇਹ ਫਿਊਲ ਦੀ ਸਪਲਾਈ ਨੂੰ ਹਲਕਾ ਜਿਹਾ ਜਦੋਂ ਟਰੈਕਟਰ ਦਾ ਇੱਕ ਮੋਸ਼ਨ ਸੈੱਟ ਕੀਤਾ ਹੁੰਦਾ ਜਦੋਂ ਮੋਸ਼ਨ ਟੁੱਟਣ ਲੱਗਦਾ ਇਹ ਫਿਊਲ ਦੀ ਸਪਲਾਈ ਨੂੰ ਥੋੜ੍ਹਾ ਜਿਹਾ ਵਧਾ ਦਿੰਦਾ ਉੱਥੇ ਟਰੈਕਟਰ ਦੀ ਪਰਫਾਰਮੈਂਸ ਡਾਊਨ ਨਹੀਂ ਹੁੰਦੀ ਹੈਗੀ ਜੇ ਇੱਕ ਵਾਰੀ ਮੋਸ਼ਨ ਟੁੱਟ ਗਿਆ ਟਰੈਕਟਰ ਨੇ ਇੱਕ ਤਾਂ ਪਰਫਾਰਮੈਂਸ ਡਾਊਨ ਆ ਜਾਣੀ ਆ ਹੱਦੋਂ ਵੱਧ ਡੀਜ਼ਲ ਪੀ ਜਾਣਾ ਬਟ ਇਹ ਪਰਫਾਰਮੈਂਸ ਨੂੰ ਬਰਕਰਾਰ ਰੱਖਦਾ ਆ ਪੰਜਵਾਂ ਕੀ ਆ ਜਿਵੇਂ ਹੁਣ ਮੰਨ ਲਓ ਰੋਟਰੀ ਪੰਪ ਟਰੈਕਟਰ ਆਉਂਦੇ ਨੇ ਜੇ ਹਵਾ ਲੈ ਜੇ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਪੰਪ ਮਾਰਨਾ ਪੈਂਦਾ ਆ ਜੇ ਪੰਪ 'ਚੋਂ ਨਾ ਨਿਕਲੇ ਤਾਂ ਨੋਜ਼ਲਾਂ ਢੱਕਣ ਢਿੱਲੇ ਕਰਨੇ ਪੈਂਦੇ ਆ ਇਹਦੇ ਵਿੱਚ ਸਿੰਪਲ ਜਿਹਾ ਫੰਡਾ ਆ ਡੀਜ਼ਲ ਪਾਉਣਾ ਇਹਨੂੰ ਢਿੱਲਾ ਕਰਨਾ ਏਅਰ ਨਿਕਲ ਗਈ ਉਸ ਤੋਂ ਬਾਅਦ ਇਹਨੂੰ ਟਾਈਟ ਕਰ ਦੇਣਾ ਆ ਇਹ ਸਿੰਪਲ ਜਿਹਾ ਫੰਡਾ ਆ ਇਹ ਤਾਂ ਹੋ ਗਿਆ ਇੰਜਨ ਦੀਆਂ ਖੂਬੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਈ ਸੀ ਡੀ ਐਸ ਇੰਜਨ ਹੋ ਗਿਆ ਫੋਰ ਵਾਲ ਸਿਸਟਮ ਹੋ ਗਿਆ ਬਲੈਂਸਰ ਸ਼ਾਫਟ ਹੋ ਗਈ ਬੂਸਟ ਕੰਪਨਸੇਟਰ ਹੋ ਗਿਆ ਇਹ ਇੰਡੀਆ ਦੇ ਵਿੱਚ ਕਿਸੇ ਵੀ ਟਰੈਕਟਰ ਦੇ ਵਿੱਚ ਤੁਹਾਨੂੰ ਇਹ ਖੂਬੀ ਨਹੀਂ ਮਿਲੂਗੀ ਜਾ ਕੇ ਜੇ ਤੁਸੀਂ ਪੁੱਛੋਗੇ ਨਾ ਦੂਜੀ ਕੰਪਨੀ ਵਾਲਿਆਂ ਨੂੰ ਭਾਈ ਬਲੈਂਸਰ ਸ਼ਾਫਟ ਹੈਗੀ ਆ ਫੋਰ ਵਾਲ ਟੈਕਨੋਲੋਜੀ ਹੈਗੀ ਆ ਤਾਂ ਉਹ ਸਿੱਧਾ ਸਿਰ ਮਾਰ ਦੋਗੇ ਵੀਰੇ ਸਾਡੇ ਕੋਲ ਇਹ ਟੈਕਨੋਲੋਜੀ ਨਹੀਂ ਹੈਗੀ ਦੂਜਾ ਇਹਦੀ ਕਟਾਈ ਤੁਸੀਂ ਦੇਖੋਗੇ ਫੋਰ ਵਾਲ ਸਿਸਟਮ ਦੀ ਬਿਲਕੁਲ ਭਾਈ ਕਟਾਈ ਕਰ ਲਓ ਇਹ ਕਟਾਈ ਕਿਉਂ ਜ਼ਿਆਦਾ ਆ ਇਹ ਟੈਕਨੋਲੋਜੀ ਯੂਜ਼ ਕੀਤੀ ਗਈ ਆ ਇਹਦੇ ਵਿੱਚ ਤੁਸੀਂ ਦੇਖੋਗੇ ਬੈਵਲ ਗੇਅਰ ਆਉਂਦਾ ਆ ਨੋਰਮਲੀ ਟਰੈਕਟਰਾਂ ਦੇ ਵਿੱਚ ਤੁਹਾਨੂੰ 50 ਹੋਰਸ ਪਾਵਰ ਦੇ ਉੱਤੇ ਟਰੈਕਟਰ ਲੈਂਦੇ ਹੋ ਤੁਹਾਨੂੰ ਇੱਥੇ ਕ੍ਰੋਸ ਮਿਲੂਗਾ ਕ੍ਰੋਸ ਤਾਂ ਉਹਦੇ ਨਾਲ ਕੀ ਹੁੰਦਾ ਆ ਉਹਨਾਂ ਦੀ ਮਜਬੂਰੀ ਬਣ ਗਈ ਆ ਹੁਣ ਮੰਨ ਲਓ ਆਪਾਂ ਪਿੱਛੇ ਰੋਟਾਵੇਟਰ ਪਾਇਆ ਨਾ ਆਪਾਂ ਕਹਿ ਦਿੰਦੇ ਬਾਈ ਜ਼ਿਆਦਾ ਨਾ ਚੱਕ ਦੀ ਕਿਤੇ ਕ੍ਰੋਸ ਨਾ ਟੁੱਟ ਜਾਏ ਠੀਕ ਆ ਉਹਨਾਂ ਦੀ ਮਜਬੂਰੀ ਆ ਕਿਤੇ ਜ਼ਿਆਦਾ ਕਟਾਈ ਕਰਤੀ ਤਾਂ ਉਹਨਾਂ ਦਾ ਕ੍ਰੋਸ ਟੁੱਟਣਾ ਪੱਕਾ ਆ ਬਟ ਸਾਡੇ ਵਿੱਚ ਕੀ ਆ ਇੱਥੇ ਆਪਣੇ ਮਧਾਣੀ ਦੇ ਫੁੱਲ ਵਾਂਗੂ ਕਰਾਰੀ ਆ ਇੱਧਰ ਵੀ ਕਰਾਰੀ ਆ ਜੀ ਇਹ ਪੂਰਾ ਹਿੱਸਾ ਸੀਲਡ ਆ ਤੇ ਤੇਲ ਦੇ ਵਿੱਚ ਆ ਇਹ ਤਾਂ ਨਾ ਤਾਂ ਤੁਹਾਨੂੰ ਗਾਰੇ ਮਿੱਟੀ ਪਾਣੀ ਦੇ ਵਿੱਚ ਜਿੱਦਾਂ ਮਰਜ਼ੀ ਚਲਾਓ ਨਾ ਗਾਰਾ ਨਾ ਮਿੱਟੀ ਨਾ ਪਾਣੀ ਕੁਛ ਵੀ ਨਹੀਂ ਅੰਦਰ ਜਾਊਗਾ ਤੇ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਤੁਹਾਨੂੰ ਕਟਾਈ ਜ਼ਿਆਦਾ ਮਿਲ ਜਾਂਦੀ ਆ ਪਲਟਾਵੇਂ ਹਲ ਚਲਾਉਣੇ ਆ ਪਲਟਾਵੇਂ ਹਲ ਦੇ ਵਿੱਚ 4x4 ਦੇ ਵਿੱਚ ਸਭ ਤੋਂ ਵੱਡੀ ਦਿੱਕਤ ਕੀ ਆਉਂਦੀ ਆ ਜ਼ਿਮੀਂਦਾਰ ਨੂੰ ਦੁਬਾਰਾ ਰੈਲ ਦੇ ਵਿੱਚ ਲੈ ਕੇ ਜਾਣਾ ਹੁੰਦਾ ਉਸੇ ਵੀ ਉਹਨੂੰ 2 ਵਾਰ ਜਾਂ 3 ਵਾਰ ਦੁਬਾਰਾ ਅੱਗੇ ਪਿੱਛੇ ਕਰਕੇ ਫਿਰ ਦੁਬਾਰਾ ਲੈ ਕੇ ਆਉਣਾ ਪੈਂਦਾ ਜੇ ਬ੍ਰੇਕ ਮਾਰਦਾ ਤਾਂ ਟਰੈਕਟਰ ਨੂੰ ਲੋਡ ਲੈਂਦਾ ਆ ਫਿਰ ਵੀ ਜਾਨੀ ਕਿ ਇੱਕ ਵਾਰੀ ਤਾਂ ਅੱਗੇ ਪਿੱਛੇ ਕਰਨਾ ਪੈਂਦਾ ਆਹ ਟਰੈਕਟਰ ਤੁਸੀਂ ਨਾਲ ਦੀ ਨਾਲ ਲਿਆ ਕੇ ਐਂ ਘੁਮਾ ਕੇ ਬ੍ਰੇਕ ਲਾ ਲਓ ਉਸੇ ਰੈਲ ਦੇ ਵਿੱਚ ਇੱਕ ਤਾਂ ਤੁਹਾਡਾ ਟਾਈਮ ਵੀ ਬਚੂਗਾ ਡਰਾਈਵਰ ਨੂੰ ਵਾਰ ਵਾਰ ਗੇਅਰ ਨਹੀਂ ਬਦਲਨੇ ਪੈਣਗੇ ਉੱਥੇ ਤੁਹਾਡੀ ਟਾਈਮ ਦੀ ਵੀ ਬੱਚਤ ਹੋਊਗੀ ਤੇ ਦੂਜਾ ਇਹਦੇ ਵਿੱਚ ਡਿਊਲ ਐਕਟਿੰਗ ਪਾਵਰ ਸਟੀਅਰਿੰਗ ਮਿਲੂਗਾ ਤੁਹਾਨੂੰ ਦੋਨੋਂ ਸਾਈਡ ਹੀ ਨੋਰਮਲੀ ਟਰੈਕਟਰਾਂ ਦੇ ਤੁਸੀਂ ਜੋਂਡੀਆ ਨਿਊਲੈਂਡ ਦੇਖ ਲਿਓ ਤੁਹਾਨੂੰ ਇੱਕ ਸਾਈਡ ਆਪਣੇ ਪਾਵਰ ਸਟੀਅਰਿੰਗ ਮਿਲਦਾ ਤੇ ਇਹ ਤਾਂ ਹੋ ਗਈਆਂ ਅੱਗੇ ਦੀਆਂ ਗੱਲਾਂ ਹੁਣ ਇਹ ਦੂਜੀ ਕੰਪਨੀ ਨਾਲੋਂ ਵਾਧਾ ਦਿੱਤਾ ਹੋਇਆ ਕੰਪਨੀ ਨੇ ਹੁਣ ਅੱਗੇ ਆ ਜਾਂਦੀ ਕਲੱਚ ਪਲੇਟ ਹੁਣ ਕਲੱਚ ਪਲੇਟ ਦੇ ਵਿੱਚ ਕੀ ਵਾਧਾ ਦਿੱਤਾ ਆ ਕਲੱਚ ਪਲੇਟ ਇਹਦੀ ਆਉਂਦੀ ਆ 5 ਫਰਾਂ ਵਾਲੀ ਨੋਰਮਲੀ ਟਰੈਕਟਰਾਂ ਵਿੱਚ ਕੰਪਨੀ ਫਿੱਟਡ ਆਉਂਦੀ ਆ 4 ਵਾਲੀ ਜ਼ਿਮੀਂਦਾਰ ਬਾਅਦ 'ਚ 5 ਵਾਲੀ ਪਵਾ ਲਈ ਉਹ ਗੱਲ ਵੱਖਰੇ ਆ ਬਟ ਕੰਪਨੀ ਫਿੱਟਡ ਤੁਹਾਨੂੰ 4 ਵਾਲੀ ਮਿਲੂਗੀ ਇਹਦਾ ਬੈਨੀਫਿਟ ਇਹੀ ਆ ਕਿ ਜੇ ਜੋ 4000 ਘੰਟੇ ਚੱਲਦੀ ਆ ਤੁਹਾਡੇ ਕੋਲੇ ਸੇਮ ਲੋਡ ਤੇ ਇਹ ਕਲੱਚ ਪਲੇਟ ਤੁਹਾਡੇ ਕੋਲੇ 5000 ਘੰਟੇ ਚੱਲੂਗੀ ਮਤਲਬ ਪ੍ਰਾਈਸ ਦੂਜੀਆਂ ਕਲੱਚ ਪਲੇਟਾਂ ਨਾਲੋਂ ਤੁਹਾਨੂੰ ਸਸਤਾ ਮਿਲੂਗਾ ਤੇ ਅੱਗੇ ਆ ਜਾਂਦਾ ਆਪਣਾ ਗੇਅਰ ਬਾਕਸ ਗੇਅਰ ਬਾਕਸ ਇਹਦਾ ਇੰਨਾ ਵਧੀਆ ਇਹਨੂੰ ਸਿੰਕਰੋਮੈਸ ਗੇਅਰ ਬਾਕਸ ਕਹਿੰਦੇ ਆ ਸਿੰਕਰੋਮੈਸ ਗੇਅਰ ਬਾਕਸ ਦਾ ਇਹ ਫਾਇਦਾ ਆ ਮੰਨ ਲਓ ਤੁਸੀਂ ਪਿੱਛੇ ਗੰਨੇ ਵਾਲੀ ਟਰੋਲੀ ਪਾਈ ਆ ਮਿੱਟੀ ਵਾਲੀ ਪਾਈ ਆ ਅਚਾਨਕ ਕੋਈ ਅੱਗੇ ਗਾਂ ਆ ਗਈ ਜਾਂ ਕੋਈ ਚੀਜ਼ ਆ ਗਈ ਤਾਂ ਡਰਾਈਵਰ ਕੀ ਕਰਦਾ ਆ ਪਹਿਲਾਂ ਤਾਂ ਰੇਸ ਘਟਾਉਂਦਾ ਬ੍ਰੇਕ ਲਾਉਂਦਾ ਟਰੈਕਟਰ ਨੂੰ ਹੌਲੀ ਕਰਦਾ ਫਿਰ ਚੌਥੇ ਤੋਂ ਤੀਜਾ ਗੇਅਰ ਪਾ ਕੇ ਟਰੈਕਟਰ ਨੂੰ ਕੰਟਰੋਲ ਗੇਅਰ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਜੇ ਕੋਈ ਚੀਜ਼ ਨੇੜੇ ਹੋਵੇ ਇਹਨਾਂ ਨੂੰ ਤਾਂ ਰੱਬ ਨਾ ਕਰੇ ਕੰਮ ਵੀ ਹੋ ਜੇ ਬਟ ਇਹ ਟਰੈਕਟਰ ਦੇ ਵਿੱਚ ਇਹ ਖੂਬੀ ਆ ਤੁਸੀਂ ਫੁੱਲ ਰੇਸ ਖਿੱਚੀ ਵੀ ਹੋਈ ਆ ਨਾ ਤਾਂ ਤੁਹਾਨੂੰ ਬ੍ਰੇਕ ਲਾਉਣ ਦੀ ਲੋੜ ਆ ਤੇ ਨਾ ਕੁਛ ਕਰਨ ਦੀ ਲੋੜ ਆ ਨਾ ਰੇਸ ਘਟਾਉਣ ਦੀ ਲੋੜ ਆ ਤੁਸੀਂ ਚੌਥੇ ਤੋਂ ਤੀਜਾ ਗੇਅਰ ਪਾ ਕੇ ਕੱਚ ਛੱਡ ਦਿਓ ਤੁਹਾਡਾ ਟਰੈਕਟਰ ਗੇਅਰ ਦੇ ਉੱਤੇ ਕੰਟਰੋਲ ਹੋਊਗਾ ਇਹਨੂੰ ਸਿੰਕਰੋਮੈਸ ਗੇਅਰ ਬਾਕਸ ਕਹਿੰਦੇ ਆ ਨਹੀਂ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਤੁਸੀਂ ਚੌਥੇ ਤੋਂ
ਪਹਿਲਾ ਪਾਓ ਬਟ ਚੌਥੇ ਤੋਂ ਤੀਜਾ ਆਪਾਂ ਪਾ ਸਕਦੇ ਹਾਂ ਟਰੈਕਟਰ ਗੇਅਰ ਤੇ ਕੰਟਰੋਲ ਹੋਊਗਾ ਬਟ ਹੁਣ ਤੁਹਾਡੇ ਮਨ ਚ ਡਾਊਟ ਆਉਂਦਾ ਹੋਣਾ ਕਿ ਯਾਰ ਜੇ ਆਪਾਂ ਚੌਥੇ ਤੋਂ ਤੀਜਾ ਪਾ ਦਈਏ ਟਰਾਲੀ ਧੱਕਾ ਮਾਰੂ ਗਰਾਰੀਆਂ ਭਰ ਜਾਣਗੀਆਂ ਠੀਕ ਹੈ ਜੀ ਗਰਾਰੀ ਉਹ ਟਰੈਕਟਰ ਦੀ ਭਰੂਗੀ ਜਿਹਦੇ ਵਿੱਚ ਸਪਾਰ ਗੇਅਰ ਹੋਣਗੇ ਸਿੱਧੇ ਦੰਦੇ ਵਾਲਾ ਜਿਹੜਾ ਸਿੱਧੇ ਦੰਦੇ ਵਾਲਾ ਗੇਅਰ ਹੋਊਗਾ ਏਦਾਂ ਫਸੇ ਹੋਣਗੇ ਬਟ ਇਹਦੇ ਵਿੱਚ ਆਉਂਦੇ ਆ ਹੈਲੀਕਲ ਗੇਅਰ ਹੁੰਦੇ ਆ ਹੈਲੀਕਲ ਗੇਅਰ ਜਿਵੇਂ ਆਪਾਂ ਕਹਿ ਲਈਏ ਤਿਰਛੇ ਦੰਦੇ ਹੁੰਦੇ ਆ ਉਹ ਦੋ ਦੰਦੇ ਉਹ 'ਚ ਸਾਢੇ ਤਿੰਨ ਦੰਦੇ ਆਪਸ 'ਚ ਮੈਚ ਹੋ ਜਾਂਦੇ ਆ ਹੈਲੀਕਲ ਗੇਅਰ ਦਾ ਕਦੇ ਵੀ ਦੰਦਾ ਨਹੀਂ ਟੁੱਟੂਗਾ ਜਿਵੇਂ ਜੇ ਸੀ ਬੀ ਦੇ ਵਿੱਚ ਆਉਂਦਾ ਨਾ ਗੇਅਰ ਹੈਲੀਕਲ ਗੇਅਰ ਜੇ ਸੀ ਬੀ ਗੇਅਰ ਬਾਕਸ ਦੇ ਵਿੱਚ ਆਉਂਦਾ ਆ ਉਹ ਸੇਮ ਟੈਕਨੋਲੋਜੀ ਦਾ ਗੇਅਰ ਬਾਕਸ ਆ ਜਿਹੜਾ ਅਸੀਂ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਇਹ ਤਾਂ ਹੋ ਗਿਆ ਗੇਅਰ ਬਾਕਸ ਦੇ ਵਿੱਚ ਵਾਧਾ ਦੂਜੇ ਟਰੈਕਟਰਾਂ ਨਾਲ ਤਾਂ ਹੁਣ ਆ ਜਾਂਦੀ ਆ ਡਰਾਈਵਰ ਕੰਫਰਟ ਦੀ ਗੱਲ ਜਿਹਨੇ ਵਿਚਾਰੇ ਨੇ ਸਾਰੀ ਦਿਹਾੜੀ ਟਰੈਕਟਰ ਚਲਾਉਣਾ ਆ ਹੁਣ ਤੁਸੀਂ ਦੇਖਦੇ ਹੋਗੇ ਕਈ ਟਰੈਕਟਰ ਦੇ ਵਿਚਕਾਰ ਉੱਚਾ ਹੁੰਦਾ ਆ ਸੇਕ ਮਾਰਦਾ ਟਰੈਕਟਰ ਇੱਥੇ ਉਹ ਪਲੇਟਾਂ ਲਾਈਆਂ ਹੁੰਦੀਆਂ ਕੱਚ ਦੀਆਂ ਤੂੜੀ ਵਾਲੀ ਮਸ਼ੀਨ ਤੇ ਕਦੇ ਪੁੱਛ ਕੇ ਦੇਖੋ ਕਈ ਵਾਰੀ ਤਾਂ ਬੋਰੀ ਭਰ ਕੇ ਆਇਆ ਜ਼ਿਮੀਦਾਰ ਨੂੰ ਰੱਖਣੀ ਪੈਂਦੀ ਆ ਲੱਤਾਂ ਦੇ ਉੱਤੇ ਬਟ ਸਾਡੇ ਟਰੈਕਟਰ ਦਾ ਜੀ ਤੁਹਾਨੂੰ ਸੇਕ ਕਿਸੇ ਪ੍ਰਕਾਰ ਦਾ ਨਹੀਂ ਮਿਲੂਗਾ ਕਿਉਂਕਿ ਡਿਜ਼ਾਈਨ ਇਸ ਤਰੀਕੇ ਕੀਤਾ ਹੋਇਆ ਤੇ ਫਲੈਟ ਡੈਕ ਤੁਹਾਨੂੰ ਪਲੇਟਫਾਰਮ ਮਿਲੂਗਾ ਰੇਸ ਅਪ ਐਕਸਲੇਟਰ ਪੈਡਲ ਭਾਈ ਦੱਬ ਕੇ ਦਿਖਾਓ ਬਹੁਤ ਈਜ਼ੀਲੀ ਤੁਸੀਂ ਸ਼ਿਫਟ ਕਰ ਸਕਦੇ ਹੋ ਸਸਪੈਂਡਡ ਪੈਡਲ ਆ ਆਮ ਟਰੈਕਟਰਾਂ ਦੇ ਵਿੱਚ ਤੁਹਾਨੂੰ ਪੁਸ਼ ਸਟੈਪ ਪੈਡਲ ਮਿਲਦੇ ਆ ਹੁਣ ਪੁਸ਼ ਸਟੈਪ ਪੈਡਲ ਜਦੋਂ ਤੁਸੀਂ ਦਬਾਉਂਦੇ ਹੋ ਇੱਦਾਂ ਦਬਾਇਓ ਥੱਲੇ 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 ਇੱਦਾਂ ਰੱਖੋਗੇ ਤਾਂ ਤੁਹਾਡੀ ਕਮਰ ਨੂੰ ਤੁਸੀਂ ਤੁਹਾਨੂੰ ਅੱਗੇ ਨੂੰ ਝੁਕਣਾ ਪਊਗਾ ਦਬਾਉਣ ਖਾਤਰ ਬਟ ਇਹਦੇ ਵਿੱਚ ਤੁਸੀਂ ਪਿੱਠ ਦੇ ਸਹਾਰੇ ਜਿਵੇਂ ਆਪਾਂ ਗੱਡੀਆਂ 'ਚ ਦਬਾਉਂਦੇ ਹਾਂ ਤਾਂ ਈਜ਼ੀਲੀ ਤੁਸੀਂ ਸ਼ਿਫਟ ਕਰ ਸਕਦੇ ਹੋ ਸਾਈਡ ਸ਼ਿਫਟ ਗੇਅਰ ਆ ਗਿਆ ਤਾਂ ਸਭ ਤੋਂ ਵੱਡੀ ਗੱਲ ਆ ਆਹ ਜਿਹੜਾ ਲੀਵਰ ਆ ਤੁਹਾਨੂੰ ਸੀਟ ਦੇ ਬਰਾਬਰ ਮਿਲਦਾ ਕਈ ਟਰੈਕਟਰਾਂ ਵਿੱਚ ਜਿਹੜੇ ਹਾਈਡ੍ਰੋਲਿਕ ਲੀਵਰ ਆ ਉਹ ਕਾਫੀ ਨੀਵੇਂ ਹੁੰਦੇ ਆ ਜਿਹਦੇ ਕਰਕੇ ਡਰਾਈਵਰ ਨੂੰ ਝੁੱਕ ਕੇ ਰਹਿਣਾ ਪੈਂਦਾ ਆ ਪਿੱਛੇ ਦੇਖਣਾ ਪੈਂਦਾ ਆ ਇਹਦੇ ਵਿੱਚ ਜਿਹੜੀ ਤੁਹਾਨੂੰ ਲੀਵਰ ਆ ਸੀਟ ਦੇ ਬਿਲਕੁਲ ਬਰਾਬਰ ਆ ਜਾਂਦੇ ਆ ਤੇ ਐਲਈਡੀ ਮੀਟਰ ਲੱਗਿਆ ਹੋਇਆ ਹੁਣ ਇਹਦਾ ਜਿਹੜਾ ਐਲਈਡੀ ਮੀਟਰ ਆ ਜਿਵੇਂ ਗੱਡੀਆਂ ਦੇ ਵਿੱਚ ਡੈਸ਼ਬੋਰਡ 'ਚ ਲੱਗਿਆ ਹੁੰਦਾ ਨਾ ਸੂਈਆਂ ਚਮਕਦੀਆਂ ਨੇ ਕਈਆਂ ਦੇ ਵਿੱਚ ਲਾਈਟ ਲੱਗੀ ਹੁੰਦੀ ਆ ਰਾਤ ਨੂੰ ਅੱਖਾਂ 'ਚ ਪੈਂਦੀ ਆ ਬਟ ਇਹ ਸਿਰਫ ਸ਼ਾਈਨ ਕਰਦਾ ਆ ਐਲਈਡੀ ਮੀਟਰ ਤੇ ਹੋਰ ਦੂਜੀ ਗੱਲ ਆਪਾਂ ਪਿੱਛੇ ਆ ਜਾਈਏ ਬੈਕ ਸਾਈਡ ਤੇ ਜੇ ਆਪਾਂ ਬੈਕ ਸਾਈਡ ਦੀ ਗੱਲ ਕਰੀਏ ਤਾਂ ਫੈਂਡਰ ਤੁਸੀਂ ਦੇਖੋਗੇ ਮੜਗਾੜ ਤੁਹਾਡਾ ਕਦੇ ਵੀ ਗਾਰੀ ਮਿੱਟੀ ਪਾਣੀ ਜਮ੍ਹਾਂ ਨਹੀਂ ਹੋਊਗਾ ਹੁਣ ਵੀ ਦੇਖ ਲਓ ਮਿੱਟੀ ਕਿੰਨੀ ਕੁ ਜਮ੍ਹਾਂ ਉੱਥੇ ਮਤਲਬ ਤੁਸੀਂ ਮੜਗਾੜ ਮਤਲਬ ਦੂਜੇ ਟਰੈਕਟਰਾਂ ਦੇ ਵਿੱਚ ਕੀ ਹੁੰਦਾ ਗਾਰਾ ਮਿੱਟੀ ਪਾਣੀ ਅੰਦਰ ਫਸ ਜਾਂਦਾ ਆ ਮੜਗਾੜ ਇੱਥੋਂ ਗਲਣਾ ਸਟਾਰਟ ਹੁੰਦਾ ਆ ਹਮੇਸ਼ਾ ਹੀ ਬਟ ਕੰਪਨੀ ਨੇ ਕੀ ਕਰਤਾ ਜੀ ਸਪੋਰਟ ਉੱਤੇ ਦੇ ਕੇ ਸਪੋਰਟ ਨਹੀਂ ਕਰਤੀ ਆ ਤੇ ਮੜਗਾੜ ਉੱਤੇ ਕਰਤਾ ਗਾਰਾ ਮਿੱਟੀ ਪਾਣੀ ਤੁਹਾਡਾ ਕਦੇ ਜਮ੍ਹਾਂ ਨਹੀਂ ਹੋਊਗਾ ਇੱਥੇ ਇਹ 21 ਕਿਲੋਮੀਟਰ ਦੀ ਇਹਦੀ ਲਿਫਟ ਕਪੈਸਿਟੀ ਆ ਤੇ ਡਿਊਲ ਸਪੀਡ ਆ ਤੁਹਾਨੂੰ ਪੀਡੀਓ ਮਿਲੂਗੀ ਹੁਣ ਪੀਡੀਓ ਦਾ ਕੀ ਬੈਨੀਫਿਟ ਆ ਹੁਣ ਮੰਨ ਲਓ ਅੱਜ ਤੁਸੀਂ ਟਰੈਕਟਰ ਲੈ ਗਏ 540 ਤੇ ਰਿਵਰਸ ਪੀਡੀਓ ਕੱਲ ਨੂੰ ਤੁਹਾਨੂੰ ਲੱਗੇ ਯਾਰ 540 ਤਾਂ ਆਉਣਾ ਹੀ ਆਉਣਾ ਆ ਕੱਲ ਨੂੰ ਲੱਗੇ ਰਿਵਰਸ ਪੀਡੀਓ ਸਾਨੂੰ 750 ਚੱਕਰਾਂ ਵਾਲਾ ਮਿਲ ਜਾਂਦਾ ਖਬਰ ਅਸੀਂ ਜਨਰੇਟਰ ਤੇ ਲਾ ਲੈਂਦੇ ਪਾਣੀ ਟਿਊਬਵੈਲ ਤੇ ਪਾਣੀ ਪੂਣੀ ਕੱਢਣ ਕੰਮ ਆ ਜਾਂਦਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਜਿਵੇਂ ਆਪਾਂ ਰੋਟਾਵੇਟਰ ਦੀ ਗਰਾਰੀ ਚੇਂਜ ਕਰਦੇ ਹਾਂ ਆਹ ਪਲੇਟ ਨਿਕਲਦੀ ਆ ਬਾਹਰ 750 ਵਾਲਾ ਗੇਅਰ ਕੱਢ ਕੇ ਰਿਵਰਸ ਪਾ ਦੇਣਾ ਰਿਵਰਸ ਵਾਲਾ ਗੇਅਰ ਕੱਢ ਕੇ 750 ਪਾ ਦੇਣਾ ਆਪਸ਼ਨ ਹੋ ਜੀ ਹਾਂਜੀ ਆਪਸ਼ਨਲ ਹੈਗਾ ਦੂਜੇ ਟਰੈਕਟਰਾਂ ਦੇ ਵਿੱਚ ਤੁਹਾਨੂੰ ਟਰੈਕਟਰ ਦੇ ਦੋ ਪਾਰਟ ਕਰਨੇ ਪੈਣਗੇ ਉੱਥੇ ਤੁਹਾਡਾ 40 ਤੋਂ 45,000 ਰੁਪਏ ਦਾ ਖਰਚਾ ਉਹ ਤੁਸੀਂ ਘਰੇ ਚੇਂਜ ਨਹੀਂ ਕਰ ਸਕਦੇ ਬਟ ਇਹ ਤੁਸੀਂ ਆਪਣਾ ਘਰੇ ਚੇਂਜ ਕਰ ਸਕਦੇ 10 ਮਿੰਟ ਦੇ ਵਿੱਚ ਵਿੱਚ ਇਹ ਵੀ ਚੀਜ਼ ਦਾ ਬੈਨੀਫਿਟ ਆ ਇੱਥੇ ਤੁਹਾਨੂੰ ਸੀਜ਼ਨ ਮੁਤਾਬਿਕ ਜੇ ਮੰਨ ਲਓ ਹੁਣ ਤੂੜੀ ਦਾ ਸੀਜ਼ਨ ਆ ਗਿਆ ਤਾਂ ਰਿਵਰਸ ਪੀਡੀਓ ਪਾ ਲਓ ਆਪਾਂ ਨੂੰ ਤਾਂ ਉਦੋਂ ਹੀ ਲੋਡ ਪੈਂਦੀ ਆ ਰਿਵਰਸ ਪੀਡੀਓ ਦੀ ਉਹ ਸੀਜ਼ਨ ਖਤਮ ਹੋ ਗਿਆ ਕੱਢ ਕੇ 750 ਵਾਲਾ ਪਾ ਲਓ ਉਹ 6,000 ਦੀ ਕਿੱਟ ਬੰਦਾ ਘਰੇ ਲੈ ਕੇ ਰੱਖ ਲੇ ਮਤਲਬ ਤੁਹਾਨੂੰ ਤਿੰਨੇ ਕਰਾਚੀ ਸਾਈਡ ਤੇ ਇਹਦਾ ਤੁਹਾਨੂੰ ਤਿੰਨੇ ਸਪੀਡਾਂ ਮਿਲ ਜਾਂਦੀਆਂ ਤੇ ਆਪਣੇ ਪਹਿਲਾਂ ਸਾਡੇ ਸੰਗਲ ਆਉਂਦੇ ਸੀਗੇ ਇਹ ਚੇਂਜ ਕਰਤੀ ਆਈ ਲਿਫਟ ਕਪੈਸਿਟੀ ਇਹਦੀ 2100 kg ਆ ਜੇ ਵਧਾਉਣੀ ਆ ਤਾਂ ਉਹ ਵੀ ਵੱਧ ਜਾਊਗੀ ਅਦਰਵਾਈਜ਼ ਲੋਡ ਨਹੀਂ ਪੈਂਦੀ ਹੈਗੀ ਹਾਂਜੀ ਅਸੀਂ ਆਲੂ ਵਾਲੇ ਪਰਾਂਟਰ ਪੂਰੇ ਭਰ ਕੇ ਆਲੂ ਵਾਲੇ ਪੂਰੇ ਭਰ ਕੇ ਲਿਫਟ ਚੱਕੀ ਹੋਈ ਆ ਗੱਟੇ ਗੁੱਟੇ ਵਿੱਚ ਯੂਰੀਆ ਜਿਹੜੀ ਪਾ ਕੇ ਹਾਂਜੀ ਹਾਂਜੀ ਨਹੀਂ ਨਹੀਂ ਜਿਹੜਾ ਗ੍ਰਾਮੇ ਦਾ ਆਉਂਦਾ ਨਾ ਗ੍ਰਾਮੇ ਦਾ ਨਹੀਂ 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 17.5 ਕੁਇੰਟਲ ਵਜ਼ਨ ਬਣਦਾ 17.5 ਕੁਇੰਟਲ ਵਜ਼ਨ ਬਣਦਾ ਉਹਦਾ ਕਿਹੜਾ ਕਿਹੜਾ ਪਰਾਂਟਰ ਕਿਹੜਾ ਬਾਕੀ 7.5 ਲੀਟਰ ਨੋਰਮਲੀ ਟਰੈਕਟਰ 40-45 ਉਹਦਾ 9,40,000 ਟੂ ਵੀਲ ਡਰਾਈਵ ਦੇ ਵਿੱਚ
ਜਿਦਾਂ ਮੰਨ ਲਓ ਕੱਲ ਨੂੰ ਰੇਡੀਏਟਰ ਖਰਾਬ ਹੋ ਜਾਵੇ, ਆਲਟਰਨੇਟਰ ਹੋ ਜਾਵੇ, ਹਾਂਜੀ ਇੱਕ ਦਿਨ ਚ ਮਿਲ ਜੂਗਾ? ਹਾਂ ਹਾਂ, ਸਪੇਅਰ ਪਾਰਟ ਸਾਰਾ ਅਵੇਲੇਬਲ ਆ। ਸਭ ਤੋਂ ਵੱਡੀ ਗੱਲ ਦਾ ਸਪੇਅਰ ਪਾਰਟ ਲਈ ਆ, ਕਿਉਂਕਿ ਇੱਥੇ ਨਾਮੀ ਕਵਾਮੀ ਕੰਪਨੀਆਂ ਆਈਆਂ ਸੀਗੀਆਂ, ਉਹ ਸਪੇਅਰ ਪਾਰਟ ਪਿੱਛੋਂ ਮਾਰ ਖਾ ਗਈਆਂ। ਹਾਂਜੀ ਹਾਂਜੀ, ਕਿਉਂਕਿ ਕਾਰਨ ਪਤਾ, ਸੈਮੀ ਡਿਊਟਸ ਪਾਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਉਹ ਕੰਪਨੀ ਟਰੈਕਟਰ ਵਧੀਆ, ਸਾਰਾ ਕੁਝ ਵਧੀਆ, ਬਟ ਮਾਰ ਕਿੱਥੋਂ ਖਾਂਦੀ ਸੀਗੀ? ਸਪੇਅਰ ਪਾਰਟ ਵੱਲੋਂ। ਬਟ ਕੰਪਨੀ ਦੀ ਪਾਲਿਸੀ ਕੀ ਆ, ਜੇ ਤੁਸੀਂ ਡੀਲਰਸ਼ਿਪ ਲੈਣੀ ਆ ਤਾਂ ਸਭ ਤੋਂ ਪਹਿਲਾਂ 10 ਲੱਖ ਦਾ ਸਪੇਅਰ ਪਾਰਟ ਬਿੱਲ ਕਰਾਉਣਾ ਪਊਗਾ, ਇਹ ਕੰਪਨੀ ਦੀ ਟਰਮਸ ਐਂਡ ਕੰਡੀਸ਼ਨਸ ਨੇ। ਜੇ ਤੁਸੀਂ 10 ਲੱਖ ਦਾ ਸਪੇਅਰ ਪਾਰਟ ਕਰਾਉਣ ਲਈ ਕੈਪੇਬਿਲਿਟੀ ਹੈਗੀ ਆ ਤਾਂ ਤੁਹਾਨੂੰ ਡੀਲਰਸ਼ਿਪ ਮਿਲੂਗੀ, ਅਦਰਵਾਈਜ਼ ਤੁਹਾਨੂੰ ਡੀਲਰਸ਼ਿਪ ਨਹੀਂ ਮਿਲੂਗੀ, ਤਾਂ ਤੁਹਾਨੂੰ 10 ਲੱਖ ਦਾ ਸਪੇਅਰ ਪਾਰਟ ਪਹਿਲਾਂ ਹੀ ਬਿੱਲ ਕਰਾਉਣਾ ਪੈਣਾ ਆ, ਕਿਉਂਕਿ ਜੈਪਨੀਜ਼ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਆ, ਜੇ ਆਪਾਂ ਸਰਵਿਸ ਨਹੀਂ ਪ੍ਰੋਪਰ ਤਰ੍ਹਾਂ ਦੇ ਪਾਵਾਂਗੇ, ਮਾਰਕੀਟ 'ਚ ਪਟਣਾ ਹੀ ਪਟਣਾ ਆ, ਇਸੇ ਕਰਕੇ ਤੁਹਾਨੂੰ ਸਾਰਾ ਕੁਝ ਅਵੇਲੇਬਲ ਮਿਲੂਗਾ, ਸਾਰਾ ਕੁਝ ਮਿਲੂਗਾ ਜੀ, ਬੇਫਿਕਰ ਰਹੋ। 2017 ਤੋਂ ਮੈਂ ਖੁਦ ਚਲਾ ਰਿਹਾ ਟਰੈਕਟਰ, ਇਹ ਨਾ ਤਾਂ ਅਜੇ ਤੱਕ ਕੋਈ ਮੇਰਾ ਪਿੰਡ 4500 ਘੰਟੇ ਚੱਲ ਗਿਆ, ਈਵਨ ਕਿ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ, ਉਹ ਗੱਲ ਵੱਖਰੀ ਆ, ਬਟ ਅਸੀਂ ਵੀ ਫਾਰਮਰ ਹਾਂ, ਠੀਕ ਹੈ ਨਾ, ਨਾ ਤਾਂ ਟਰੈਕਟਰ ਦੀ ਕੋਈ ਲੀਕਿੰਗ ਆ ਨਾ ਕੁਛ ਆ। 4500 ਘੰਟੇ ਬਾਅਦ ਹੁਣੇ, ਮਤਲਬ ਪਰਸੋਂ ਹੀ ਕਲੱਚ ਪਲੇਟ ਚੇਂਜ ਕਰਾਈ ਆ ਟਰੈਕਟਰ ਨੂੰ, 4500 ਘੰਟੇ ਚੱਲ ਗਿਆ ਸਾਡਾ, ਸੁਪਰ ਸੀਡਰ ਤੂੜੀ ਵਾਲੀ ਮਸ਼ੀਨ ਸਾਰੇ ਕਾਸੇ ਨੂੰ ਚੱਲਦਾ ਟਰੈਕਟਰ। ਮਗਰ ਇੰਜਨ ਵੀ ਬੰਨ ਦਿੰਦੇ ਫਿਰ ਉੱਥੇ, ਜੇ ਇੰਜਨ ਨੂੰ ਹੁੰਦਾ ਸਾਰਾ ਕੁਛ ਮਿਲੂਗਾ ਤੁਹਾਨੂੰ, ਉੱਥੇ ਬੰਨਣ ਨੂੰ ਤਾਂ ਲਾਈਨਰ ਪਿਸਟਨ ਚਾਹੀਦੇ, ਉਹ ਤਾਂ ਮਿਲੂਗਾ ਹੀ ਮਿਲੂਗਾ ਸ਼ੋਰੂਮ ਤੋਂ, ਇਹ ਤਾਂ ਬੇਸਿਕ ਆਪਣੇ ਹੈਗੇ ਆ। 4 ਫੀਟ ਟਰੈਕਟਰ ਉੱਦਾਂ ਸਾਰੇ ਹਾਂ, ਥੋੜੇ ਸਮੂਥ ਚੱਲਦੇ ਆ, ਸਮੂਥ ਚੱਲਦੇ ਆ। ਜਿੱਤੇ 55 ਕਰਾ ਕੋ ਟਰੈਕਟਰ ਕਾਮਯਾਬ ਸੀ, ਉਹ 4 ਸਿਲੰਡਰ ਕਰਕੇ, ਬਾਕੀ 53 ਖਾਂਦੇ ਵਾਰੰਟੀ ਤਾਂ ਹੋ ਗਈ, 3 ਸਿਲੰਡਰ ਕਰਕੇ ਵਾਰੰਟੀ ਬਾਜੀ, ਇਹਦੇ 5 ਸਾਲ ਤੇ 5000 ਘੰਟੇ ਦੀ ਸੁਪਰ ਵਾਰੰਟੀ ਆਊਗੀ, ਉਹਨੂੰ ਪੂਰੇ ਟਰੈਕਟਰ ਦੀ ਮਿਲੂਗੀ। ਦੂਸਰੀ ਕੰਪਨੀਆਂ ਕੀ ਕਰਦੀਆਂ, 3 ਸਾਲ ਤੁਹਾਨੂੰ ਪੂਰੇ ਟਰੈਕਟਰ ਦੇ ਦੇਣਗੀਆਂ, 2 ਸਾਲ ਕਹਿਣਗੀਆਂ ਤੁਹਾਨੂੰ ਇਕੱਲੇ ਇੰਜਣ ਦੀ ਮਿਲੂਗੀ, ਬਾਕੀ ਚੀਜ਼ ਦੀ ਮਿਲੂਗੀ, ਬਟ ਸਾਨੂੰ ਬੈਰਿੰਗ ਦੀ ਰਹੂਗੀ, ਕਲੱਚ ਪਲੇਟ ਜੇ ਟੁੱਟ ਗਈ ਤਾਂ ਵਾਰੰਟੀ ਆ, ਜੇ ਘਸ ਗਈ ਤਾਂ ਬ੍ਰੇਕਾਂ ਦੀ। ਹਾਂਜੀ, ਹਾਂ ਹਾਂ, ਉਹ ਚੀਜ਼ਾਂ ਦੀ ਹੁੰਦੀ ਹੈ।